ਤੁਸੀਂ ਪਾਰਲੀਮੈਂਟ ਦੇ ਵਿੱਚੋਂ ਉੱਥੇ ਇੱਕ ਬੀਜੇਪੀ ਦੀ ਸੰਸਦ ਕੰਗਣਾ ਰਣੌਤ ਵੀ ਮੌਜੂਦ ਹੈ, ਖੂਬ ਵਿਵਾਦ ਚੱਲ ਰਹੇ ਨੇ ਕਿਸਾਨਾਂ ਨੂੰ ਲੈ ਕੇ, ਬੜਾ ਵਿਵਾਦਿਤ ਬਿਆਨ ਆ ਜਿਹੜਾ ਸਾਹਮਣੇ ਆਉਂਦਾ, ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ, ਇਹ ਕੁਲੀਗ ਵੀ ਕਹਿ ਸਕਦੇ ਕਿ ਤੁਹਾਡੇ ਨਾਲ ਬੈਠਦੇ ਨੇ, ਕੀ ਕਹੋਗੇ ਇਹਦੇ ਸੰਸਦ? ਦੇਖੋ, ਮੈਨੂੰ ਲੱਗਦਾ ਵੀ ਇਸ ਤੋਂ ਹੋਰ ਕੋਈ ਘਟੀਆ ਬਿਆਨਬਾਜ਼ੀ ਜਿਹੜੀ ਆ ਉਹ ਹੋ ਨਹੀਂ ਸਕਦੀ। ਠੀਕ ਹੈ, ਕਿਉਂਕਿ ਬੀਜੇਪੀ ਨੇ ਤਾਂ ਵੈਸੇ ਮਾਪਦੰਡ ਹੀ ਰੱਖਿਆ ਹੋਇਆ ਵੀ ਜਿਹੜਾ ਬੰਦਾ ਜ਼ਿਆਦਾ ਅੱਗ ਉਗਲਦਾ ਉਹਨੂੰ ਉੱਡਾ ਵੱਡਾ ਜਿਹੜਾ ਲੀਡਰ ਹੈ ਉਹ ਬਣਾਉਣਾ। ਬੀਜੇਪੀ ਇਹ ਕਹਿ ਕੇ ਵੀ ਜੀ ਸਾਡਾ ਇਸ ਬਿਆਨ ਨਾਲ ਕੋਈ ਨਾਤਾ ਨਹੀਂ, ਤੁਸੀਂ ਇਸ ਗੱਲ ਤੋਂ ਭੱਜ ਨਹੀਂ ਸਕਦੇ। ਜੇ ਤੁਸੀਂ ਵਾਕਈ ਕਿਸਾਨਾਂ ਪ੍ਰਤੀ ਹਮਦਰਦ ਹੋ, ਪੰਜਾਬ ਪ੍ਰਤੀ ਹਮਦਰਦ ਹੋ, ਤਾਂ ਤੁਸੀਂ ਕਹੋ ਉਹਨੂੰ ਪਾਰਟੀ ਚੋਂ ਸਸਪੈਂਡ ਕਰੋ, ਜੇ ਪਾਰਟੀ ਚੋਂ ਕੱਢਣਾ ਨਹੀਂ ਕੋਈ ਸਜ਼ਾ ਤਾਂ ਤੁਸੀਂ ਲਾਓ ਨਾ, ਇਕੱਲਾ ਇਹ ਕਹਿ ਕੇ ਵੀ ਉਹਦਾ ਜੀ ਨਿੱਜੀ ਬਿਆਨ ਹੈ, ਪਾਰਟੀ ਦੇ ਨਾਲ ਕੋਈ ਲਿੰਕ ਨਹੀਂ। ਤੁਸੀਂ ਪਾਰਲੀਮੈਂਟ 'ਚ ਗੱਲ ਕਰੋਗੇ? ਜ਼ਰੂਰ ਕਰੂੰਗਾ, ਮੈਂ ਤਾਂ ਪਹਿਲਾਂ ਵੀ ਜਦੋਂ ਕੋਈ ਮੌਕਾ ਮਿਲਦਾ ਉੱਥੇ ਕਰਦਾ ਜੀ, ਸੈਸ਼ਨ ਚੱਲਦਾ ਹੁੰਦਾ ਤਾਂ ਹੁਣ ਵੀ ਕਰਦੇ, ਜਦੋਂ ਸੈਸ਼ਨ ਚੱਲੂਗਾ ਜ਼ਰੂਰ ਕਰਾਂਗੇ, ਪਾਰਲੀਮੈਂਟ ਦੇ ਅੰਦਰ ਵੀ ਕਰਾਂਗੇ, ਪਾਰਲੀਮੈਂਟ ਦੇ ਬਾਹਰ ਵੀ ਕਰਾਂਗੇ। ਪਰ ਬੀਜੇਪੀ ਨੂੰ ਜੇ ਵਾਕਈ ਕੋਈ ਮਾੜੇ ਮੋਟੇ ਵੀ ਸੁਹਿਰਦ ਨੇ, ਵੈਸੇ ਤਾਂ ਉਹ ਹੈ ਨਹੀਂ ਜਿੱਦਾਂ ਦਾ ਉਹਨਾਂ ਦਾ ਪਿਛਲੇ ਸਮੇਂ ਤੋਂ ਨਜ਼ਰੀਆ ਰਿਹਾ, ਪਰ ਇਕੱਲੀ ਇਹ ਕਹਿ ਕੇ ਪੱਲਾ ਝਾੜਨਾ ਵੀ ਜੀ ਅਸੀਂ ਉਹਦੇ ਬਿਆਨ ਦੇ ਨਾਲ ਕੋਈ ਤਾਲੁਕ ਨਹੀਂ ਰੱਖਦੀ, ਬੀਜੇਪੀ ਇਹਦੇ ਨਾਲ ਨਹੀਂ, ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਣ, ਕਿਉਂਕਿ ਕੰਗਣਾ ਹਮੇਸ਼ਾ ਤੋਂ ਮਤਲਬ ਕਿ ਜਿਹੜੀ ਨਫ਼ਰਤ ਵਾਲੀ ਜਿਹੜੀ ਕਹਿ ਲਓ ਬਿਆਨਬਾਜ਼ੀ ਹੈ ਪਹਿਲਾਂ ਤੋਂ ਵੀ ਕਰਦੀ ਰਹੀ ਹੈ, ਕਿਉਂਕਿ ਉਦੋਂ ਵੀ ਕਿਸਾਨਾਂ ਜਦੋਂ ਧਰਨਾ ਚੱਲਦਾ ਸੀ ਜੀ ਇਹ ਤਾਂ 100-100 ਰੁਪਏ ਤੇ ਆਉਂਦੀਆਂ ਨੇ ਇੱਦਾਂ ਦੀ ਬਿਆਨਬਾਜ਼ੀ, ਤੇ ਉਸ ਤੋਂ ਬਾਅਦ ਵੀ ਤੇ ਇੱਦਾਂ ਦੀ ਮੈਨੂੰ ਲੱਗਦਾ ਵੀ ਜਿਹੜੇ ਲੀਡਰ ਨੇ ਕੋਈ ਵੀ ਜਿਹੜੇ ਕੋਈ ਹੋਰ, ਕਿਉਂਕਿ ਜਦੋਂ ਇੱਦਾਂ ਦੇ ਲੀਡਰਾਂ ਨੂੰ ਕੋਈ ਪਾਰਟੀ ਪ੍ਰਮੋਟ ਕਰਦੀ ਹੈ ਤਾਂ ਜਿਹੜੇ ਕੋਈ ਨਵੇਂ ਯੰਗਸਟਰ ਹੈ ਉਹਨਾਂ ਨੂੰ ਹੋ ਸਕਦਾ ਲੱਗਦਾ ਹੋ ਭਾਈ ਅਸੀਂ ਵੀ ਇੱਦਾਂ ਦੀ ਬੋਲੀ ਬੋਲੀਏ ਵੀ ਸਾਨੂੰ ਜਿਹੜੀ ਪਾਰਟੀ ਹੈ ਬੀਜੇਪੀ ਜਿਹੜੀ ਉਹ ਪ੍ਰਮੋਟ ਕਰੂਗੀ, ਤਾਂ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਜਿਹੜਾ ਕਿਨਾਰਾ ਸਾਰੀਆਂ ਪਾਰਟੀਆਂ ਨੂੰ ਜਿਹੜਾ ਉਹ ਕਰਨਾ ਚਾਹੀਦਾ। ਤਾਂ ਗੁਰਮੀਤ ਸਿੰਘ ਮੀਤ ਹੇਅਰ ਹੋਣੀ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਜਿੱਥੇ ਪੰਜਾਬ ਦੇ ਵਿੱਚ ਖੇਡਾਂ ਪ੍ਰਮੋਟ ਕਰਨ ਦੀ ਗੱਲ ਕਰਦੇ ਨੇ, ਔਰ ਦੂਜੇ ਪਾਸੇ ਕੰਗਣਾ ਰਣੌਤ ਨੂੰ ਲੈ ਕੇ ਕਾਫੀ ਤਲਕ ਨਜ਼ਰ ਆਏ ਗੁਰਮੀਤ ਸਿੰਘ ਮੀਤ ਹੇਅਰ ਹੋਣੀ। ਕੈਮਰਾਮੈਨ ਸੁਖਿੰਦਰ ਸਿੰਘ ਧਾਲੀਵਾਲ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਸੰਗਰੂਰ।